ਮਨ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾਇਨ ਚੱਲਾ ਹੋ ਵਿਖਮ ਨਦੀ ਜਾਏ ਤਰਨੀ ਸਾਧ ਸੰਗਤ ਕਾਇਨ ਚੱਲਾ ਹੋ ਵਿਖਮ ਨਦੀ ਜਾਏ ਤਰਨੀ ਸਤਨਾਮ ਤੁਹਾਡਾ ਭਲਾ ਹੋਵੇਗਾ
ਤੁਹਾਡੀ ਪਰਿਵਾਰ ਦਾ ਵੀ ਭਲਾ ਹੋਏਗਾ ਔਰ ਤੁਹਾਡਾ ਜਨਮ ਸਫਲ ਹੋ ਜਾਏਗਾ। ਕੱਲ੍ਹ ਅਸੀਂ ਸਰਵਣ ਕਰ ਰਹੇ ਸੀ ਗੁਰਵਰਧਨ ਦੇ ਪਾਤਸ਼ਾਹ ਦੇ ਪਾਵਨ ਸੋਈਆਂ ਦੇ ਰਾਣੀ ਵਾਹਿਗੁਰੂ ਪਰਮੇਸ਼ਰ ਸਾਰੇ ਹੀ ਸੰਸਾਰ ਦੇ ਵਿਆਪਿਆ ਹੋਇਆ ਹੈ ਔਰ ਸਭ ਦੇ ਵਿਆਪਕ ਹੋਣ ਦੇ ਨਾਤੇ ਵੀ ਉਹ ਨਿਆਰਾ ਹੈ, ਨਿਰਲੇਪ ਹੈ, ਫਸਿਆ ਹੋਇਆ ਨਹੀਂ ਹੈ ਜੀਵਾਂ ਦੇ ਵੱਲ। ਉਸਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਸਾਰੇ ਜੀਵਾਂ ਦਾ ਦਾਤਾ ਹੈ, ਉਹ ਅਲੱਗ ਹੈ, ਉਸਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸਾਰੀ ਸ੍ਰਿਸ਼ਟੀ ਉਸਦੀ ਹੀ ਪੈਦਾ ਕੀਤੀ ਹੋਈ ਹੈ, ਪਰ ਉਸ ਵਾਹਿਗੁਰੂ ਦਾ ਜਿਸਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਰੂਪ ਰੇਖ ਰੰਗ ਨਹੀਂ ਹੈ। ਅਜਿਹੇ ਵਾਹਿਗੁਰੂ ਦੇ ਦਰ ਦਾ ਭਗਤ ਗੁਰੂ ਨਾਨਕ ਪਾਤਸ਼ਾਹ ਹੈ ਜੋ ਉਸਦੇ ਦਰ ਦੇ ਉੱਤੇ ਪ੍ਰਵਾਨ ਹੋ ਗਿਆ ਹੈ। ਅੱਜ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੋਂ ਮਾਰੇ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ। ਸਾਰੇ ਗੁਣ, ਸਾਰੇ ਖਜ਼ਾਨੇ ਉਸਦੇ ਗਿਆਨ ਧਿਆਨ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਉੱਚੇ ਤੋਂ ਉੱਚਾ ਹੈ, ਉਸਦਾ ਥਾਂ ਕੋਈ ਨਹੀਂ ਪਾ ਸਕਦਾ ਹੈ। ਅੱਜ ਇਹ ਵਾਹਿਗੁਰੂ ਮੇਰਾ ਮਨ ਤਨ ਇਹ ਧਨ ਪ੍ਰਾਣ ਸਭ ਤੇਰੇ ਹੀ ਹਨ, ਮੇਰੇ 'ਤੇ ਕਿਰਪਾ ਕਰ, ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾਂ। ਤੇਰਾ ਕੋਈ ਭੇਦ ਨਹੀਂ ਪਾ ਸਕਦਾ, ਤੇਰੀ ਸ਼ਕਤੀ ਨੂੰ ਕੋਈ ਵੰਡ ਵੀ ਨਹੀਂ ਸਕਦਾ ਹੈ, ਤੂੰ ਸਾਰਿਆਂ ਦਾ ਆਸਰਾ ਹੈ। ਅਜਿਹੇ ਗੁਣਾਂ ਵਾਲੇ ਵਾਹਿਗੁਰੂ ਜੀਓ, ਗੁਰੂ ਨਾਨਕ ਪਾਤਸ਼ਾਹ ਤੁਹਾਡਾ ਰੂਪ ਹਨ, ਉਹਨਾਂ ਵਿੱਚ ਸਾਰੇ ਹੀ ਗੁਣ ਹਨ। ਮੈਂ ਬਲੇ ਵੱਧ ਜਾਂਦਾ ਹਾਂ ਅਜਿਹੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੋਂ। ਤੂੰ ਨਿਰੇ ਆਕਾਰ ਹੈ ਪਰ ਫਿਰ ਆਕਾਰ ਵਾਲਾ ਵੀ ਹੈ, ਨਿਰਗੁਣ ਰੂਪ ਵਿੱਚ ਤੂੰ ਨਿਰ ਆਕਾਰ ਹੈ ਲੇਕਿਨ ਸਰਗੁਣ ਰੂਪ ਵਿੱਚ ਤੂੰ ਆਕਾਰ ਵਾਲਾ ਹੈ। ਤੈਨੂੰ ਕੋਈ ਛਲ ਨਹੀਂ ਸਕਦਾ, ਧੋਖਾ ਨਹੀਂ ਦੇ ਸਕਦਾ, ਪੂਰਨ ਹੈ, ਨਾਸ਼ ਤੋਂ ਰਹਿਤ ਹੈ, ਸਦਾ ਹੀ ਆਨੰਦ ਵਿੱਚ ਹੈ ਔਰ ਸਦਾ ਹੀ ਖਿੜਿਆ ਹੋਇਆ ਹੈ। ਬੇਅੰਤ ਜੀਵ ਤੇਰੇ ਗੁਣ ਗਾ ਰਹੇ ਹਨ ਪਰ ਤੇਰਾ ਅੰਤ ਨਹੀਂ ਪਾ ਸਕਦੇ। ਜਿਨ੍ਹਾਂ ਦੇ ਉੱਤੇ ਤੂੰ ਕਿਰਪਾ ਕਰਦਾ ਹੈ ਉਹ ਤੇਰੇ ਗੁਣ ਗਾਉਂਦੇ ਗਾਉਂਦੇ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਹੇ ਇਸ ਵਜ੍ਹਾ ਗੱਲ ਕੀਤਾ ਹੈ ਕਿ ਨਹੀਂ ਕੀਤਾ ਹੈ, ਅੱਜ ਇਹ ਗੱਲ ਕੱਲ ਚਾਰ ਸਵਾਈਆਂ ਦਾ ਜੋ ਹੈ ਪਾਠ ਕੀਤਾ ਸੀ, ਇਸਦੀ ਵਿਚਾਰ ਕੀਤੀ ਸੀ, ਅੱਜ ਪੰਜਵਾਂ ਸਵੇਰ ਕਰਨਾ ਸੀ। ਬਖਸ਼ਿਸ਼ ਕਰ ਰਹੇ ਹਨ, ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ। ਹੇ ਵਾਹਿਗੁਰੂ ਜੀਓ, ਤੁਸੀਂ ਨਿਰਗੁਣ ਰੂਪ ਵਿੱਚ ਨਿਰ ਆਕਾਰ ਹੋ, ਤੁਹਾਡਾ ਕੋਈ ਸਰੂਪ ਨਹੀਂ ਹੈ, ਲੇਕਿਨ ਸਰਗੁਣ ਰੂਪ ਵਿੱਚ ਤੁਹਾਡਾ ਆਕਾਰ ਹੈ। ਨਿਰਗੁਣ ਕੀ ਹੈ? ਜੋ ਉਸਦੀ ਜੋਤ ਹੈ। ਸਰਗੁਣ ਕੀ ਹੈ? ਜੋ ਉਸਦਾ ਸਰੀਰ ਹੈ। ਸੋ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਜੋਤ ਦਾ ਵਿਸਥਾਰ ਕੀਤਾ ਹੈ, ਇਹ ਸਾਰੀ ਰਚਨਾ ਰਚ ਕੇ ਇਸਦੇ ਸਮਾਇਆ ਹੋਇਆ ਹੈ ਲੇਕਿਨ ਦਿਸਦਾ ਨਹੀਂ ਹੈ, ਇਸ ਕਰਕੇ ਉਹ ਨਿਰੰਕਾਰ ਉਸਨੂੰ ਤਾਂ ਕਿਹਾ ਹੈ। ਅਛਲ ਹੈ, ਤੈਨੂੰ ਕੋਈ ਛਲ ਨਹੀਂ ਸਕਦਾ ਹੈ। ਪੂਰਨ ਹੈ, ਹਰ ਤਰ੍ਹਾਂ ਸੰਪੂਰਨ ਹੈ, ਤੂੰ ਨਾਸ਼ ਤੋਂ ਰਹਿਤ ਹੈ। ਹਰ ਖਵੰਤ ਅਨੰਤ ਰੂਪ ਨਿਰਮਲ ਬੇਰਾਸੀ,
ਸਦਾ ਹੀ ਆਨੰਦ ਵਿੱਚ ਰਹਿੰਦਾ ਹੈ, ਖਿੜਿਆ ਰਹਿੰਦਾ ਹੈ, ਅਨੰਤ ਹੈ, ਤੇਰਾ ਕੋਈ ਪਾਰਾਵਾਰ ਨਹੀਂ ਹੈ, ਤੂੰ ਨਿਰਮਲ ਸਰੂਪ ਹੈ, ਕੋਈ ਮੈਲ ਨਹੀਂ ਹੈ ਤੇਰੇ ਉੱਤੇ ਵਿਕਾਰਾਂ ਦੀ, ਸਦਾ ਹੀ ਖਿੜਿਆ ਹੋਇਆ ਹੈ। ਗੁਣ ਗਾਵ ਹੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ। ਹੇ ਵਾਹਿਗੁਰੂ ਜੀ, ਬੇਅੰਤ ਜੀਵ ਤੇਰੇ ਗੁਣ ਗਾ ਰਹੇ ਹਨ, ਪਰ ਤੇਰਾ ਪਾਰਾਵਾਰ ਨਹੀਂ ਪਾ ਸਕਦੇ। ਜਿਸ ਨੂੰ ਵੀ ਕਿਸੇ ਨੂੰ ਸੋਝੀ ਹੋਈ ਹੈ, ਉਹ ਬਹੁਤ ਥੋੜ੍ਹੀ ਹੀ ਸੋਝੀ ਹੋਈ ਹੈ। ਜਾਂ ਕੋ ਹੈ ਕਿਰਪਾਲ ਸੋ ਜਨ ਪ੍ਰਭ ਤੁਮੇ ਮਿਲਾ ਸੀ। ਜਿਨ੍ਹਾਂ 'ਤੇ ਤੁਸੀਂ ਕਿਰਪਾ ਕਰਦੇ ਹੋ, ਰਹਿਮਤ ਕਰਦੇ ਹੋ, ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦੇ ਹੋ। ਧਨ ਧਨ ਅਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ, ਉਹ ਧੰਤਾ ਦੇ ਯੋਗ ਹਨ, ਉਹ ਇਨਸਾਨ ਜਿਨ੍ਹਾਂ ਉੱਤੇ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਨ ਦੋਵਾਂ ਦੇ ਰਹੋ। ਅਜਿਹੇ ਗੁਣਾਂ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਪਾਤਸ਼ਾਹ ਜੋ ਹਨ, ਜਿਨ੍ਹਾਂ ਨੇ ਵੀ ਗੁਰੂ ਨਾਨਕ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਨੂੰ ਪਰਸਿਆ ਹੈ। ਪਰਸਣਾ ਕੀ ਹੈ? ਖਨ ਦਰਸ਼ਨ, ਇੱਕ ਹੈ ਪਰਸਨ। ਦਰਸ਼ਨ ਕੀ ਹੈ? ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਆ ਕੇ ਦਰਸ਼ਨ ਕਰਦੇ ਹਾਂ, ਬੈਠ ਜਾਂਦੇ ਹਾਂ, ਇਹ ਅੱਖਾਂ ਨਾਲ ਦਰਸ਼ਨ ਹੋ ਗਏ। ਪਰਸਨ ਕੀ ਹੈ? ਜਦੋਂ ਬੈਠ ਕੇ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਗਾਉਂਦੇ ਹਾਂ ਅਤੇ ਫਿਰ ਇਸਦੀ ਵਿਚਾਰ ਵਿੱਚ ਜੁੜਦੇ ਹਾਂ, ਇਹ ਗੁਰੂ ਦਾ ਪਰਸਨ ਹੈ। ਸੋ ਗੁਰੂ ਦੀ ਬਾਣੀ ਜੋ ਹੈ, ਇਹ ਦਰਸ਼ਨ ਕਰਨ ਯੋਗ ਵੀ ਹੈ। ਅੱਖਾਂ ਨਾਲ ਦਰਸ਼ਨ ਕਰਦੇ ਹਾਂ, ਅੱਖਰਾਂ ਨੂੰ ਪੜ੍ਹਦੇ ਹਾਂ, ਤਾਂ ਹੀ ਪੜ੍ਹਿਆ ਜਾਂਦਾ ਹੈ। ਜਦੋਂ ਗੁਰਬਾਣੀ ਦੇ ਵਿਚਾਰ ਵਿੱਚ ਜੁੜਦੇ ਹਾਂ, ਸਮਝਦੇ ਹਾਂ, ਗੁਰੂ ਦੇ ਕੋਲੋਂ ਸਮਝਣ ਦਾ ਯਤਨ ਕਰਦੇ ਹਾਂ ਕਿ ਕੀ ਮਹਾਰਾਜ ਕੀ ਕਰਨਾ ਹੈ ਅਸੀਂ, ਅਤੇ ਗੁਰੂ ਮਹਾਰਾਜ ਸਮਝਾਉਂਦੇ ਹਨ ਸਾਨੂੰ ਵਾਰ ਵਾਰ, ਇਹ ਕਰਨਾ ਹੈ, ਨਹੀਂ ਕਰਨਾ ਹੈ। ਇਹਨੂੰ ਕਹਿੰਦੇ ਹਨ ਪਰਸਨ। ਦੋਨੋਂ ਹੀ ਗੱਲਾਂ ਜ਼ਰੂਰੀ ਹਨ, ਦਰਸ਼ਨ ਕਰਨੇ ਵੀ ਜ਼ਰੂਰੀ ਹਨ ਔਰ ਨਾਲ ਪਰਸਨ, ਗੁਰੂ ਦੇ ਕੋਲ ਬੈਠ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਸੁਣਨੀ ਵੀ ਆਉਣੀ ਜ਼ਰੂਰੀ ਹੈ। ਨਹੀਂ ਸੁਣਾਂਗੇ, ਸਾਡੇ ਮਨ ਦੇ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਪਾਠ ਬਹੁਤ ਦੁਨੀਆਂ ਕਰ ਰਹੀ ਹੈ ਔਰ ਰਾਤ ਦਿਨ ਕਰੀ ਜਾ ਰਹੇ ਹਨ, ਉਹ ਦਰਸ਼ਨ ਕਰਦੇ ਹਨ, ਗੁਰਬਾਣੀ ਦੇ ਦਰਸ਼ਨ ਕਰਦੇ ਹਨ, ਲੇਕਿਨ ਵਸਦੇ ਨਹੀਂ ਹਨ। ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਇੰਨੇ ਸਮੇਂ ਵਿੱਚ ਇੰਨੇ ਅੰਗ ਪਾਠ ਕਰਨਾ ਜਾਂ ਇੰਨੇ ਸਮੇਂ ਵਿੱਚ ਅਸੀਂ ਭੋਗ ਪਾਉਣਾ। ਜਦੋਂ ਇਸ ਭਾਵਨਾ ਦੇ ਨਾਲ ਇਨਸਾਨ ਪਾਠ ਕਰਦਾ ਹੈ, ਉਹ ਦਰਸ਼ਨ ਤਾਂ ਕਰਦਾ ਹੈ, ਇਹ ਨਹੀਂ ਕਿ ਉਸਨੂੰ ਇਹ ਪੜ੍ਹਨ ਦਾ ਫਲ ਨਹੀਂ ਹੈ ਮਿਲਦਾ, ਦਰਸ਼ਨ ਤਾਂ ਕਰਦਾ ਹੈ ਮਹਾਰਾਜ ਦੇ, ਪਰ ਪਰਸਦਾ ਨਹੀਂ ਹੈ, ਜਿਸ ਕਰਕੇ ਉਸਦੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਜਿਸ ਤਰ੍ਹਾਂ ਦਾ ਪਹਿਲਾਂ ਸੀ, ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਰਹਿੰਦਾ ਹੈ। ਇਹ ਇੰਝ ਹੈ ਜਿਵੇਂ ਕੋਈ ਸਮੁੰਦਰ ਦੇ ਕੰਢੇ ਉੱਤੇ ਜਾ ਕੇ ਸਮੁੰਦਰ ਨੂੰ ਵੇਖੇ, ਸਮੁੰਦਰ ਬੜਾ ਵਿਸ਼ਾਲ ਹੈ, ਉੱਥੇ ਠੰਡੀ ਹਵਾ ਆਵੇਗੀ, ਉਸਨੂੰ ਪਾਣੀ ਦੇ ਉੱਤੇ ਜਿਹੜੀ ਹਵਾ ਛੋਹ ਕੇ ਆਉਂਦੀ ਹੈ ਠੰਡੀ ਹੁੰਦੀ ਹੈ, ਉਸਨੂੰ ਠੰਡ ਮਿਲੇਗੀ, ਅਸਰ ਹੋਏਗਾ। ਲੇਕਿਨ ਜਿਹੜਾ ਉੱਥੇ ਕੁੱਕੀ ਮਾਰੇਗਾ ਜਾ ਕੇ ਸਮੁੰਦਰ ਦੇ ਵਿੱਚ, ਉਹਨੂੰ ਪੂਰਨ ਤੌਰ 'ਤੇ ਠੰਡ ਮਿਲੇਗੀ। ਬਸ ਇਹ ਗੁਰਬਾਣੀ ਜੋ ਵਿਚਾਰਨਾ ਹੈ, ਇਹ ਕੁੱਕੀ ਲਾਉਣੀ ਹੈ ਗੁਰਬਾਣੀ 'ਚ। ਕੁੱਕੀ ਲਾਉਣ ਦੇ ਨਾਲ ਹੀ ਸਾਡੇ ਜਿੱਥੇ ਜਿਵੇਂ ਪਾਣੀ ਵਿੱਚ ਨਹਾਉਣ ਦੇ ਨਾਲ ਸਰੀਰ ਦੀ ਮੈਲ ਲੈਂਦੀ ਹੈ, ਜਦੋਂ ਅਸੀਂ ਮਤ ਕਰਕੇ ਮਨ ਕਰਕੇ ਗੁਰੂ ਦੇ ਸ਼ਬਦ ਉਤਰਦੇ ਹਾਂ, ਡੂੰਘੇ ਜਾਂਦੇ ਹਾਂ, ਵਿਚਾਰ ਵਿੱਚ ਜੁੜਦੇ ਹਾਂ, ਤਾਂ ਇਸ ਦੇ ਨਾਲ ਸਾਡੀ ਮਤ ਜਿਹੜੀ ਹੈ ਉਸਦਾ ਇਸ਼ਨਾਨ ਹੁੰਦਾ ਹੈ। ਮਤ ਦਾ ਇਸ਼ਨਾਨ ਕਰਾਉਣਾ ਬਹੁਤ ਜ਼ਰੂਰੀ ਹੈ। ਮਾਰ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੇ ਵੀ ਪਰਸਦੇ ਹਨ, ਉਹਨਾਂ ਦਾ ਜਨਮ ਵਰਨ ਕੱਟਿਆ ਜਾਂਦਾ ਹੈ। ਸੱਤ ਸੱਤ ਹਰ ਸੱਤ, ਸੱਤ ਸੱਤ ਤੇ ਸੱਤ ਪੜ੍ਹੀਆਂ। ਵਾਹਿਗੁਰੂ ਪਰਮੇਸ਼ਰ ਸੱਚ ਹੈ,
ਤੇ ਸਾਰੇ ਹੀ ਉਸ ਨੂੰ ਸੱਤ ਹੀ ਕਹਿੰਦੇ ਹਨ। ਭਾਵ ਉਸਦੀ ਹੋਂਦ ਹੈ, ਉਹ ਸਦਾ ਹੀ ਰਹਿਣ ਵਾਲਾ ਹੈ। ਆਦਿ ਵਿੱਚ ਵੀ ਸੀ, ਜੁਗਾਦ ਵਿੱਚ ਵੀ, ਜਦੋਂ ਇਹ ਜਗਤ ਨੂੰ ਰਚਿਆ ਉਦੋਂ ਵੀ ਸੀ, ਉਹ ਹੁਣ ਵੀ ਹੈ, ਸਦਾ ਹੀ ਉਸਦੀ ਹੋਂਦ ਹੈ। ਇਹ ਸਾਰੇ ਹੀ ਮਹਾਤਮਾ ਪੁਰਸ਼ ਇਸ ਗੱਲ ਨੂੰ ਕਹਿੰਦੇ ਹਨ। ਦੂਸਰਾ ਅੰਨਾ ਅਵਰ ਪੁਰਖ ਪਉ ਰਾਤਨ ਸੁਣੀਏ, ਕੋਈ ਵਾਹਿਗੁਰੂ ਪਰਮੇਸ਼ਰ ਜੋ ਹੈ ਸਭ ਤੋਂ ਪੁਰਾਣਾ, ਭਾਵ ਸਭ ਤੋਂ ਪਹਿਲਾਂ ਦਾ, ਸਭ ਤੋਂ ਪੁਰਾਣੇ ਦਾ ਮਤਲਬ ਇਹ ਹੈ ਸਭ ਤੋਂ ਪਹਿਲਾਂ ਦਾ ਹੈ, ਉਸ ਤੋਂ ਪਹਿਲਾਂ ਕੋਈ ਨਹੀਂ ਹੈ, ਕੋਈ ਹੋਰ ਹੈ ਹੀ ਨਹੀਂ ਹੈ ਉਸ ਤੋਂ ਪਹਿਲਾਂ ਦਾ, ਉਹ ਆਪ ਹੀ ਆਦ ਹੈ ਸਭ ਦਾ। ਅੰਮ੍ਰਿਤ ਹਰ ਕੋ ਨਾਮ ਲੈ ਤਾਂ ਮਨ ਸਭ ਸੁਖ ਪਾਏ। ਅਜਿਹੇ ਗੁਣਾਂ ਵਾਲੇ ਵਾਹਿਗੁਰੂ ਦਾ ਨਾਮ ਜੋ ਲੈਂਦੇ ਹਨ, ਉਹ ਮਨ ਕਰਕੇ ਸਾਰੇ ਸੁੱਖ ਪਾਉਂਦੇ ਹਨ। ਮਨ ਸੁੱਖ ਮਿਲਦਾ ਹੈ ਜਿਹੜੇ ਉਸਦਾ ਨਾਮ ਜਪਦੇ ਹਨ। ਜੇ ਰਸਨ ਚਾਖਿਓ ਇਹ ਜਨ ਤ੍ਰਿਪਤ, ਜਿਹੜੇ ਰਸਨਾਂ ਦੇ ਨਾਲ ਉਸਦੇ ਗੁਣ ਗਾਉਂਦੇ ਹਨ, ਰਸਨਾਂ ਦੇ ਨਾਲ ਉਸਦਾ ਨਾਮ ਜਪਦੇ ਹਨ, ਉਹਨਾਂ ਉਹ ਤ੍ਰਿਪਤ ਹੋ ਜਾਂਦੇ ਹਨ। ਭਾਵ ਸੰਸਾਰ ਸੁੱਖਾਂ ਦੀ ਉਹਨਾਂ ਦੀ ਸਾਰੀ ਭੁੱਖ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਵਾਹਿਗੁਰੂ ਪਰਮੇਸ਼ਰ ਉਹਨਾਂ ਦੀਆਂ ਸਾਰੀਆਂ ਸ਼ੁਭ ਖਾਸ਼ਾਂ ਜਿਹੜੀਆਂ ਹਨ, ਭਾਵਨਾਵਾਂ ਹਨ, ਉਹ ਸਾਰੀਆਂ ਨੂੰ ਪੂਰੀਆਂ ਕਰ ਦਿੰਦਾ ਹੈ। ਰਸਨਾ ਨਾਲ ਉਸਦੇ ਗੁਣ ਗਾਉਣ ਵਾਲਿਆਂ ਦੀਆਂ, ਰਸਨਾ ਨਾਲ ਉਸਦਾ ਨਾਮ ਜਪਣ ਵਾਲਿਆਂ ਦੀ। ਗੁਰਸਿੱਖਾਂ ਕੀ ਸਭ ਭੁੱਖ ਗਈ, ਤਿੰਨ ਪਿੱਛੇ ਹੋਰ ਖਾਏ ਹੁੰਦੇ। ਰਸਨਾ ਨਾਲ ਜਾਪ ਕਰਨ ਵਾਲੇ ਜਿਹੜੇ ਹਨ, ਜਿੱਥੇ ਰਸਨਾ ਨਾਲ ਜਾਪ ਕਰਨਾ ਹੈ, ਇਹਦੇ ਨਾਲ ਹੀ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਆਪਾਂ ਕਰ ਰਹੇ ਹਨ ਜਾਪ, ਇਸ ਨੂੰ ਸੁਣਨਾ ਨਹੀਂ ਹੈ। ਇਹ ਨਾ ਹੋਵੇ ਕਿ ਰਸਨਾ ਤਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਰਸਨਾ ਤਾਂ ਗੁਣ ਗਾਈ ਜਾਵੇ, ਪਰ ਮਨ ਕਿਤੇ ਹੋਰ ਹੀ ਕਰਿਆ ਕਰਦਾ, ਫਿਰ ਇਸ ਦਾ ਅਸਰ ਨਹੀਂ ਹੋਏਗਾ। ਲੇਕਿਨ ਜਦੋਂ ਇਕਾਗਰ ਚਿੱਤ ਹੋ ਕੇ ਜੋ ਕੁਛ ਆਪਾਂ ਜਾਪ ਕਰ ਰਹੇ ਹਾਂ ਉਸਨੂੰ ਸੁਣਾਂਗੇ ਸੁਰਤ ਕਰਕੇ, ਫਿਰ ਇਸ ਦਾ ਅਸਰ ਸਾਡੇ 'ਤੇ ਜ਼ਰੂਰ ਹੋਏਗਾ, ਫਿਰ ਮਨ ਨੂੰ ਸੰਤੁਸ਼ਟੀ ਹੁੰਦੀ ਹੈ। ਜੇ ਠਾਕਰ ਸੋ ਪ੍ਰਸੰਨ ਪਇਓ ਸਤ ਸੰਗਤ ਤੇ ਪਿਆਰ, ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਉੱਤੇ ਪ੍ਰਸੰਨ ਹੁੰਦਾ ਹੈ ਸਤ ਸੰਗਤ ਤੇ ਪਿਆਰ, ਉਹਨਾਂ ਦਾ ਸਤਸੰਗਤ ਦੇ ਨਾਲ ਪਿਆਰ ਪਾ ਦਿੰਦਾ। ਹਰ ਇੱਕ ਦਾ ਹਰ ਇੱਕ ਨਹੀਂ, ਵੇਖੋ ਸੰਗਤ 'ਚ ਆਉਂਦੇ ਬਹੁਤ ਹਨ, ਲੇਕਿਨ ਮੱਥਾ ਕੀਤੇ ਜਾਣ ਵਾਲੇ ਬਹੁਤ ਹਨ। ਲਾਈਨਾਂ ਲੱਗੀਆਂ ਹੋਈਆਂ ਹਨ ਹਰ ਥਾਂ ਦੇ ਉੱਤੇ ਮੱਥਾ ਟੇਕਣ ਵਾਲਿਆਂ ਦੀਆਂ, ਲੇਕਿਨ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਸੁਣਨ ਵਾਲੇ ਮਿਲਦੇ ਹਨ। ਸੋ ਸੰਗਤ ਦੇ ਨਾਲ ਪਿਆਰ ਵੀ ਉਹਦਾ ਕਹਿੰਦਾ ਹੈ। ਮਹਾਰਾਜ ਕਹਿੰਦੇ ਕਿ ਜਿਸ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਖੁਸ਼ ਹੁੰਦਾ ਹੈ। ਹਰ ਗੁਰੂ ਨਾਨਕ ਜੀ ਨੇ ਪਰਸਿਓ ਤਿੰਨ ਸਭ ਕੁੱਲ ਕੀ ਉਹਦਾ, ਪਹਿਲਾਂ ਕਿਹਾ ਸੀ ਜਨਮ ਮਰਨ ਤੱਕ ਕਿਹਾ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਪਰਮਾਤਮਾ ਦੇ ਨਾਲ। ਹੁਣ ਦੂਜੀ ਗੱਲ ਕਹਿੰਦੇ ਹਨ ਕਿ ਉਹਨਾਂ ਦੀ ਕੁੱਲ ਦਾ ਹੀ ਉਧਾਰ ਹੋ ਜਾਂਦਾ ਹੈ, ਸਭ ਕੁੱਲ ਕੁੱਲ ਦਾ ਇੱਥੇ ਬਹੁਤ ਚੰਗਾ ਸ਼ਬਦ ਹੈ, ਕੁੱਲਾਂ ਦਾ, ਸਾਰੀਆਂ ਕੁੱਲਾਂ ਦਾ ਹੀ, ਦਾਦਕਿਆਂ ਦੀਆਂ, ਨਾਨਕਿਆਂ ਦੀਆਂ, ਸਾਰੀਆਂ ਕੁੱਲਾਂ ਦਾ ਹੀ ਉਧਾਰ ਹੋ ਜਾਂਦਾ ਹੈ। ਸੋ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਪਰਸਦੇ ਹਨ, ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਵਿਚਾਰਦੇ ਹਨ ਅਤੇ ਉਸਦੇ ਉੱਤੇ ਅਮਲ ਕਰਦੇ ਹਨ। ਸੱਚ ਸਭਾ ਦੀਵਾਨ ਸੱਚ ਸੱਚੇ ਪਤਰ, ਸੱਚ ਸਭਾ ਦੀਵਾਨ, ਦੀਵਾਨ ਦੇ ਉੱਤੇ ਵੀ ਸਥਾਨ ਲਾਉਂਦੇ। ਵਾਹਿਗੁਰੂ ਪਰਮੇਸ਼ਰ ਦੀ ਦੀਵਾਨ ਕਚਹਿਰੀ ਵਾਲੀ ਸਭਾ, ਜਿੱਥੇ ਕਚਹਿਰੀਆਂ ਲੱਗਦੀਆਂ, ਨਿਆਂ ਹੁੰਦਾ ਹੈ ਜਿੱਥੇ, ਉਹ ਸੱਚ ਹੈ, ਭਾਵ ਉੱਥੇ ਸੱਚਾ ਹੀ ਨਿਆਂ ਹੁੰਦਾ ਹੈ। ਸੱਚ ਸੱਚੇ ਪਤਰ, ਵਾਹਿਗੁਰੂ ਪਰਮੇਸ਼ਰ ਨੇ, ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਸੱਚੇ ਦੇ ਵਿੱਚ ਹੀ ਆਪਣੇ ਆਪ ਨੂੰ ਪਾਇਆ। ਸੱਚਾ ਕੀ ਹੈ? ਗੁਰੂ, ਸਤਿਗੁਰ ਵਿੱਚ ਆਪ ਰੱਖੇ ਹੋਣ, ਆਪ ਵਾਹਿਗੁਰੂ ਨੇ ਆਪਣੇ ਆਪ ਨੂੰ ਸਤਿਗੁਰੂ, ਸਤਿਗੁਰੂ ਦੇ ਸਰੀਰ ਰੱਖ ਕੇ ਕਰ ਪ੍ਰਗਟ ਆਪ ਸੁਣਾਇਆ, ਅਤੇ ਫਿਰ ਆਪਣੇ ਆਪ ਨੂੰ ਪ੍ਰਗਟ ਕਰ ਲਿਆ ਹੈ। ਸੋ ਵਾਹਿਗੁਰੂ ਪਰਮੇਸ਼ਰ ਆਪ ਨਹੀਂ, ਗੁਰੂ ਦੇ ਰਾਹੀਂ ਸਭ ਕੁਛ ਕਰਦਾ ਹੈ। ਇਸੇ ਕਰਕੇ ਗੁਰੂ ਦੀ ਲੋੜ ਉੱਤੇ ਵਾਰ ਵਾਰ ਜ਼ੋਰ ਦਿੱਤਾ ਗਿਆ ਹੈ ਕਿ ਜਿੰਨਾ ਚਿਰ ਤੁਸੀਂ ਪੂਰੇ ਗੁਰੂ ਦੇ ਨਹੀਂ ਬਣੋਗੇ ਨਾ, ਉਹਨਾਂ ਚਿਰ ਤੁਸੀਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੀ ਆਸ ਨਹੀਂ ਕਰ ਸਕਦੇ। ਪਹਿਲਾਂ ਗੁਰੂ ਨੂੰ ਪ੍ਰਸੰਨ ਕਰਨਾ ਪੈਂਦਾ, ਗੁਰਪ੍ਰਸਾਦ, ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਪੈਂਦੀ ਹੈ, ਫਿਰ ਉਹ ਪ੍ਰਗਟਦਾ ਹੈ। ਸੱਚਾ ਤਖਤ ਨਿਵਾਸ ਸੱਚ ਤਪਾਵਸ ਕਰੋ, ਉਸਦਾ ਤਖਤ ਵੀ ਸੱਚਾ ਹੈ, ਜਿੱਥੇ ਉਹ ਬੈਠਦਾ ਹੈ, ਸਦਾ ਰਹਿਣ ਵਾਲਾ ਹੈ,
ਦੁਨਿਆਵੀ ਤੱਤ ਜਿਹੜੇ ਹਨ ਉਹ ਖਤਮ ਹੋ ਜਾਂਦੇ ਹਨ। ਸੱਚ ਤਪਾਸ ਕਰ, ਤਪਾਸ ਦਾ ਅਰਥ ਹੈ ਨਿਆਂ, ਔਰ ਉਹ ਸੱਚੇ ਤਖਤ ਤੇ ਬੈਠ ਕੇ ਨਿਆਂ ਵੀ ਸੱਚਾ ਹੀ ਕਰਦਾ ਹੈ। ਉੱਥੇ ਕੋਈ ਰਿਸ਼ਵਤ ਨਹੀਂ ਚੱਲਦੀ ਹੈ, ਉੱਥੇ ਕੋਈ ਝੂਠੀ ਗਵਾਹੀ ਨਹੀਂ ਚੱਲਦੀ ਹੈ, ਉੱਥੇ ਜਿੱਥੇ ਸੱਚੋ ਹੀ ਸੱਚ ਨਿਬੜਾ ਚੁਣਵਾ ਕੇ ਉੱਥੇ ਸੱਚ ਦੇ ਉੱਤੇ ਨਿਬੇੜਾ ਹੁੰਦਾ ਹੈ। ਸੱਚ ਸਿਰ ਜਿਉ ਸੰਸਾਰ ਆਸ ਆ ਭੁੱਲ ਨਾ ਭੁੱਲੋ। ਵਾਹਿਗੁਰੂ ਪਰਮੇਸ਼ਰ ਨੇ ਸੱਚ ਜਿਨ ਸਿਆਰੀ ਨਾ ਕੀ ਸੱਚ ਦੇ ਰਾਹੀਂ, ਭਾਵ ਵਾਹਿਗੁਰੂ ਪਰਮੇਸ਼ਰ ਦੀ ਜੋ ਕਲਾ ਹੈ, ਤਾਕਤ ਹੈ, ਜਿਸ ਰਾਹੀਂ ਉਹ ਇਸ ਸੰਸਾਰ ਨੂੰ ਸਿਰਜਦਾ ਹੈ, ਉਹ ਵੀ ਸੱਚ ਹੈ। ਦੇਖੋ ਕਲਾ ਦਾ ਮਤਲਬ ਹੈ ਤਾਕਤ, ਸ਼ਕਤੀ। ਚੰਦਰਮਾ ਦੀ ਕਲਾ ਹਨ, ਜਦੋਂ ਘਟਦਾ ਹੈ ਵੱਧਦਾ ਹੈ ਨਾ, ਇਹ ਕਲਾ ਘਟਦੀਆਂ ਹਨ ਵੱਧਦੀਆਂ ਜਾਂਦੀਆਂ ਸ਼ਕਤੀਆਂ। ਸੋ ਇਹ ਤਾਂ ਵੱਧਦੀਆਂ ਘਟਦੀਆਂ ਹਨ, ਜਿਵੇਂ ਇਸੇ ਤਰ੍ਹਾਂ ਹੀ ਅਵਤਾਰਾਂ ਦੀਆਂ ਸ਼ਕਤੀਆਂ ਵੱਧਦੀਆਂ ਘਟਦੀਆਂ ਰਹਿੰਦੀਆਂ ਹਨ। ਲੇਕਿਨ ਵਾਹਿਗੁਰੂ ਪਰਮੇਸ਼ਰ ਜੋ ਹੈ, ਉਸ ਦੀਆਂ ਜੋ ਸ਼ਕਤੀਆਂ ਹਨ ਉਹ ਘਟਦੀਆਂ ਵੱਧਦੀਆਂ ਹਨ, ਉਹ ਜਿੰਨੀਆਂ ਹਨ ਉਸੇ ਤਰ੍ਹਾਂ ਦੀਆਂ ਹੀ ਰਹਿੰਦੀਆਂ ਹਨ। ਆਪ ਭੁੱਲ ਨਾ ਭੁੱਲੋ, ਸੰਸਾਰ ਨੂੰ ਸਿਰਜਿਆ ਹੈ ਉਸਨੇ, ਫਿਰ ਉਹ ਆਪ ਭੁੱਲ ਹੈ, ਕਦੇ ਗਲਤੀ ਨਹੀਂ ਕਰਦਾ ਹੈ, ਕਦੇ ਇਹ ਨਹੀਂ ਕਹਿ ਆਪਾਂ ਕਹਿ ਦਿੰਦੇ ਇਹ ਵਾਹਿਗੁਰੂ ਦੀ ਗਲਤੀ ਦੇ ਨਾਲ ਇਹ ਹੋ ਗਿਆ। ਵਾਹਿਗੁਰੂ ਨੇ ਗਲਤੀ ਨਹੀਂ ਕੀਤੀ ਹੈ, ਵਾਹਿਗੁਰੂ ਨੇ ਜੋ ਕੀਤਾ ਹੈ ਉਹ ਸਾਨੂੰ ਅਕਲ ਦੇਣ ਵਾਸਤੇ ਦਿੱਤਾ ਹੈ। ਅਸੀਂ ਕਹਿੰਦੇ ਸਾਡੇ ਤੇ ਕਿਉਂ ਵਾਹਿਗੁਰੂ ਭੁੱਲ ਗਿਆ, ਅਸੀਂ ਕੁਛ ਨਹੀਂ ਵਿਗਾੜਿਆ ਕਿਸੇ ਦਾ ਵੀ, ਅਸੀਂ ਤਾਂ ਰੱਬ ਦੇ ਵੀ ਨਾ ਭਗਤ ਸੀ। ਕਈ ਵਾਰੀ ਸਿੱਖਿਆ ਦੇਣ ਵਾਸਤੇ ਸਾਡੇ ਤੇ ਜਿਹੜੀ ਹੈ, ਦੇਖੋ ਬੱਚਾ ਗਲਤੀਆਂ ਕਰਦਾ ਹੈ, ਬਾਪ ਸਮਝਾਉਂਦਾ ਹੈ, ਵਾਰ ਵਾਰ ਸਮਝਾਉਂਦਾ, ਮਾਂ ਵੀ ਸਮਝਾਉਂਦੀ ਹੈ, ਪਰ ਜਦੋਂ ਕਿਤੇ ਉਹ ਬਿਲਕੁਲ ਹੀ ਨਾ ਮੰਨੇ ਫਿਰ ਉਹਦੇ ਥੱਪੜ ਵੀ ਲਾ ਦੇਦਾ। ਇਹ ਜਿਹੜਾ ਦੁੱਖ ਆਉਂਦਾ ਹੈ ਨਾ ਸਾਨੂੰ, ਇਹ ਵਾਹਿਗੁਰੂ ਪਰਮੇਸ਼ਰ ਦਾ ਥੱਪੜ ਹੈ ਸਾਨੂੰ ਸਮਝਾਉਣ ਵਾਸਤੇ ਹੈ। ਫਿਰ ਉਹ ਸੋਚਦਾ ਹੈ, ਸਮਝਦਾ ਹੈ, ਫਿਰ ਉਹੀ ਬੱਚਾ ਜਿਹੜਾ ਪਿਓ ਦੇ ਨਾਲ ਲੱਗ ਜਾਂਦਾ, ਉਸਨੂੰ ਅਹਿਸਾਸ ਹੁੰਦਾ ਮੈਂ ਗਲਤੀ ਕੀਤੀ, ਪਿਓ ਵੀ ਉਸਨੂੰ ਨਾਲ ਲਾਦੀ। ਰਤਨ ਨਾਮ ਅਪਾਰ ਕੀ ਨਹਿ ਪਾਵੇ ਅਮਲ, ਨਾਮੋ ਨਹੀਂ ਪੜ੍ਹਨ ਨਹਿ ਹਰੀ ਨੁਕੜਾ ਜਿਹੜਾ ਹੈ ਇਹ ਨਹੀਂ ਬੋਲਦਾ, ਚਾਰ ਵਿੱਚ ਨਹੀਂ ਆਉਂਦਾ। ਉਸਦਾ ਜੋ ਨਾਮ ਰੂਪੀ ਰਤਨ ਹੈ, ਅਪਾਰ ਹੈ, ਉਸ ਵਰਗਾ ਹੀ ਉਸਦਾ ਅੰਤ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ, ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ। ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸਭ ਤੈਨੂੰ ਪਾਏ, ਜਿਹਨਾਂ ਉੱਤੇ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕੀਤੀ ਉਹਨਾਂ ਨੂੰ ਜੀਵਨ ਦੇ ਸਾਰੇ ਹੀ ਸੁੱਖ ਮਿਲ ਗਏ। ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁਤ ਗਰਜੋਨ ਆਏ, ਜਿਹਨਾਂ ਨੇ ਵੀ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਗੁਰੂ ਨਾਨਕ ਪਾਤਸ਼ਾਹ ਨੂੰ ਪਰਸਿਆ, ਭਾਵ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣ ਕੇ ਕਮਾਇਆ, ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਉਹਦਾ ਜਨਮ ਮਰਨ ਹੀ ਕੱਟਿਆ ਜਾਂਦਾ ਹੈ। ਕਵਨ ਯੋਗ ਕੌਣ ਗਿਆਨ ਧਿਆਨ ਕਵਨ ਵਿਦਸਤ ਕਰੀਏ, ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ ਯੋਗ ਦੀ ਵਰਤੋਂ ਕਰ ਰਿਹਾ ਹੈ, ਗਿਆਨ ਦੀ ਕਰ ਰਿਹਾ ਹੈ, ਕੋਈ ਧਿਆਨ ਦੀ ਕਰ ਰਿਹਾ ਹੈ। ਕਹਿੰਦੇ ਕਿਹੜਾ ਯੋਗ, ਭਾਵ ਯੋਗ ਦਾ ਕਿਹੜਾ ਸਾਧਨ ਵਰਤੀਏ, ਕਿਹੜਾ ਗਿਆਨ ਵਰਤੀਏ, ਕਿਹੜਾ ਧਿਆਨ ਵਰਤੀਏ, ਕਿਹੜੇ ਤਰੀਕੇ ਦੇ ਨਾਲ ਕਵਨ ਵਿੱਚ ਕਿਹੜੇ ਤਰੀਕੇ ਨਾਲ ਉਸਦੀ ਉਸ ਕਰੀਏ, ਸਿਰ ਸਾਧਕ ਤੇਤੀ ਸਕੋਰ ਦਿਲ ਕੀਮ ਨਾ ਭਰੀਏ। ਹੇ ਵਾਹਿਗੁਰੂ ਜੀ ਬੇਅੰਤ ਹੇ ਸਿੱਧ ਲੋਕ ਉੱਗੇ ਹੋਏ ਯੋਗੀ ਜਿਹੜੇ ਕਰਾਮਾਤੀ ਯੋਗੀ ਜਿਹੜੇ ਸਾਧਨਾ ਕਰਨ ਵਾਲੇ ਸਾਧੂ ਲੋਕ, 33 ਕਰੋੜ ਦੇਵਤੇ ਵੀ ਤੇਰਾ ਅੰਤ ਨਹੀਂ ਪਾ ਸਕੇ। ਬ੍ਰਹਮਾਦਿਕ ਸੰਕਾਰ 6 ਗੁਣ ਅੰਤ ਨਾ ਪਾਏ। ਬ੍ਰਹਮਾ ਵਰਗੇ, ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵਜੀ ਵਗੈਰਾ ਵਰਗੇ ਜਿਹੜੇ ਹਨ ਸੰਕਾਰ, ਸੰਕਾਰ ਇਹ ਬ੍ਰਹਮਾ ਦੇ ਪੁੱਤਰ ਹਨ, 4 ਪੁੱਤਰ ਬ੍ਰਹਮਾ ਦੇ ਹੋਏ ਹਨ, ਰਿਸ਼ੀ ਹੋਏ ਹਨ, ਸੰਤ ਸਨੰਦ ਸਨਾਤਨ ਤੇ 4 ਪੁੱਤਰ ਬ੍ਰਹਮਾ ਦੇ ਹੋਏ ਹਨ, ਇਹ ਵੀ ਤੇਰਾ ਅੰਤ ਨਹੀਂ ਪਾ ਸਕੇ। ਅਗਹਿ ਗਹਿ ਨਹੀਂ ਜਾਏ ਪੂਰ ਸਭ ਰਹਿਓ ਸਮਾਏ, ਅਗਹੋ ਨਹੀਂ ਪੜ੍ਹਨਾ ਹੈ, ਅਗਹਿ ਜਿਹੜਾ ਪਕੜਿਆ ਨਾ ਦੱਸ, ਇਹ ਪਰਮੇਸ਼ਰ ਦਾ ਵਿਸ਼ੇਸ਼ਣ ਹੈ, ਗੁਣ ਹੈ, ਕਿ ਉਹ ਪਕੜਿਆ ਨਹੀਂ ਜਾ ਸਕਦਾ, ਸਾਨੂੰ ਹੱਥਾਂ ਨਾਲ ਪਕੜ ਨਹੀਂ ਸਕਦੇ, ਕਹਿਓ ਨਾ ਜਾਏ ਪਕੜਿਆ ਨਹੀਂ ਜਾ ਸਕਦਾ, ਪੂਰ ਸਭ ਰਹਿਓ ਸਮਾਏ ਪੂਰਨ ਹੈ, ਔਰ ਹੱਥਾਂ ਹਾਜ਼ਰ ਨਾਜ਼ਰ ਹੈ।
ये काकी संत दयाल प्रभ से जन लगे पते जिन्हां ते वाहिगुरु परमेश्वर प्रसन्न होए कृपा कीती उन्हां दी मोह माया दी फांसी जिहड़ी सी रस्सी जिहड़ी फाही जिहड़ी उन्हां दे कट पई कट पाप उन्हां नूं मोह माया तों आजाद करता उन्हां दी सुरती जिहड़ी सी ਉਹ ਇਸ ਤੋਂ ਉੱਚੀ ਉਠਾ ਦਿੱਤੀ ਉਹ ਪਰਮੇਸ਼ਰ ਦੀ ਬੰਦਗੀ ਵਿੱਚ ਲੱਗ ਗਏ ਦੇਖੋ ਜਿੰਨਾ ਚਿਰ ਇਨਸਾਨ ਮਾਇਆ ਮਮਤਾ ਮੋਹਣੀ ਜਿਹਨੂੰ ਬਿਨ ਦੰਦਾਂ ਜਗ ਖਾਇਆ ਇਹ ਤਾਂ ਬਗੈਰ ਦੰਦਾਂ ਦੇ ਖਾਈ ਜਾ ਰਹੀ ਹੈ ਸਾਰੇ ਮਾਇਆ ਦੀ ਮਮਤਾ ਹੈ ਪਰਿਵਾਰ ਦੀ ਮਮਤਾ ਹੈ ਪਰਿਵਾਰ ਵੀ ਮਾਇਆ ਹੀ ਹੈ ਘਰ ਦੀ ਮਮਤਾ ਹੈ ਘਰ ਵੀ ਮਾਇਆ ਹੈ ਜੋ ਕਾਰੋਬਾਰ ਹੈ ਕਾਰੋਬਾਰ ਦੀ ਮਮਤਾ ਹੈ ਇਹ ਸਾਰਾ ਕੁਝ ਮਾਇਆ ਇਸ ਨੇ ਬਗੈਰ ਦੰਦਾਂ ਦੇ ਜਗ ਨੂੰ ਖਾ ਲਿਆ ਮਨਮੁਖ ਖਾਦੇ ਗੁਰੂ ਖੁਬਰੇ ਜਿਹਨੇ ਸੱਚ ਨਾਮ ਦਿੱਤਾ ਪਰ ਹਰ ਇੱਕ ਨੂੰ ਨਹੀਂ ਮਨਮੁੱਖਾਂ ਨੂੰ ਖਾਂਦੀ ਹੈ ਇਹ ਮਾਤਾ ਗੁਰਮੁਖ ਪਾ ਜਾਂਦੇ ਹਨ ਜਿਹੜੇ ਗੁਰਮੁਖ ਹਨ ਉਹ ਸੱਚੇ ਨਾਮ ਵਿੱਚ ਜੋੜ ਕੇ ਰੱਖਦੇ ਨੇ ਇਸ ਕਰਕੇ ਉਹ ਬਚ ਜਾਂਦੇ ਹਨ ਹਰ ਗੁਰੂ ਨਾਨਕ ਜਿਹਨੇ ਪਰਸੇ ਹੋਤੇ ਇਹ ਪੁੱਤ ਸਲਾਮ ਹੁੰਦੇ ਜਿਨ੍ਹਾਂ ਨੇ ਵੀ ਪਰਮੇਸ਼ਰ ਦੇ ਰੂਪ ਗੁਰੂ ਨਾਨਕ ਪਾਤਸ਼ਾਹ ਨੂੰ ਪਰਸਿਆ ਹੈ ਉਹਨਾਂ ਦੇ ਉਪਦੇਸ਼ ਨੂੰ ਸੁਣ ਕੇ ਮੰਨਿਆ ਪਰਸਨ ਦਾ ਮਤਲਬ ਸੁਣ ਕੇ ਮੰਨਣਾ ਪੜ੍ਹ ਕੇ ਮੰਨਣਾ ਆਪਣੇ ਜੀਵਨ ਦੇ ਘਟਾਉਣ ਹਰ ਗੱਲ ਗੁਰਬਾਣੀ ਦੀ ਜਿਹੜੀ ਹੈ ਗੁਰਬਾਣੀ ਕਹਿ ਸੇਵਕ ਜਨ ਮਨ ਪਤਾ ਜੋ ਕੁਝ ਪੜ੍ਹਿਆ ਹੈ ਸੁਣਿਆ ਹੈ ਇਸ ਗੱਲ ਨੂੰ ਜੇ ਮੰਨ ਲਈ ਨਾ ਜੀਵਨ ਦੇ ਵਿੱਚ ਇੱਕ ਕਰਕੇ ਮੰਨੀ ਜਾਈਏ ਸਾਰਾ ਕੁਝ ਕਿਉਂ ਨਹੀਂ ਮੰਨਿਆ ਜਾਂਦਾ ਇੱਕ ਕਰਕੇ ਮੰਨੀ ਜਾਈਏ ਤਾਂ ਇਹਦਾ ਅਸਰ ਸਾਡੇ ਜੀਵਨ ਦੇ ਵਿੱਚ ਹੁੰਦਾ ਹੈ ਬਹੁਤ ਵੱਡੀ ਤਬਦੀਲੀ ਆ ਜਾਂਦੀ ਹੈ ਪ੍ਰਭ ਦਾਤੋ ਦਾਤਾਰ ਪਰਿਓ ਜਾ ਸ਼ਰਨਾ ਮਿਲੇ ਦਾਨ ਸੰਤਰੇਨ ਜੀ ਹੈ ਪਹੁੰਚਣ ਕਰਨਾ ਵਾਹਿਗੁਰੂ ਪਰਮੇਸ਼ਰ ਦਾਤਾ ਹੈ ਸਦਾ ਦਾਤਾ ਹੈ ਪਰਿਓ ਜਾ ਸ਼ਰਨਾ ਮੈਂ ਜਾਚਕ ਮੈਂ ਮੰਗਤਾ ਉਸਦੇ ਦਰਦੀ ਉਸਦੇ ਦਰ ਤੇ ਕਹਿ ਪਿਆ ਹਾਂ ਹੇ ਵਾਹਿਗੁਰੂ ਪਰਮੇਸ਼ਰ ਜੀਓ ਤੁਸੀਂ ਸਭ ਦੇ ਦਾਤੇ ਹੋ ਮੈਂ ਮੰਗਤਾ ਬਣ ਕੇ ਤੁਹਾਡੀ ਦਰਦ ਤੇ ਆਇਆ ਹਾਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਕਾਹਦੇ ਵਾਸਤੇ ਮੇਰਾ ਦਾਨ ਸੰਤਰੇਨ ਜੇ ਰੱਖ ਪਹੁੰਚਣ ਕਰਨਾ ਮੇਰੇ ਤੇ ਕਿਰਪਾ ਕਰ ਮੈਨੂੰ ਆਹ ਦਾਨ ਬਖਸ਼ਿਸ਼ ਕਰੋ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੈਨੂੰ ਮਿਲਦੀ ਹੈ ਕੀ ਮੰਗਿਆ ਸਾਤ ਦਿਨਾਂ ਕੀ ਮੰਗੋ ਧੂੜ ਪਾਰ ਬ੍ਰਹਮ ਮੇਰੀ ਸ਼ਰਧਾ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਪਾ ਤੇਰੇ ਪਿਆਰਿਆਂ ਦੀ ਸੰਗਤ ਮਿਲਦੀ ਰਹੇ ਜਿੱਥੇ ਵੀ ਤੇਰੇ ਪਿਆਰੇ ਤੇਰੇ ਧਿਆਨ ਵਿੱਚ ਜੁੜਦੇ ਹੋਣ ਕਥਾ ਹੈ ਕੀਰਤਨ ਹੈ ਗੁਰਬਾਣੀ ਦਾ ਪਾਠ ਹੈ ਜਿਹਦਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਪਰ ਰਲ ਕੇ ਇਹ ਪਾਠ ਵੀ ਹੈ ਸੰਤੀ ਰੂਪ ਦੇ ਵਿੱਚ ਸੋ ਅੱਜ ਇਹ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਦਾ ਬਲੇ ਹੈ ਕਿ ਮੈਂ ਨਿਮਰਤਾ ਦੇ ਨਾਲ ਭਾਵ ਆਪਣੇ ਆਪੇ ਨੂੰ ਗਵਾ ਕੇ ਕਿ ਮੈਂ ਕੁਝ ਹਾਂ ਉਹ ਸੰਗਤ ਜਾ ਕੇ ਬੈਠਾਂ ਅਤੇ ਮੈਂ ਵੀ ਅਜਿਹੀ ਸੰਗਤ ਦਾ ਲਾਹਾ ਲੈਂਦਾ ਰਹਾਂ ਬਿਨੋ ਕਰੋ ਅਰਦਾਸ ਸੁਣੋ ਜੇਠਾ ਕਿਰਪਾ ਹੇ ਮੇਰੇ ਮਾਲਕਾ ਮੈਂ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰ ਰਿਹਾ ਹਾਂ ਸੁਣ ਲਓ ਜੇ ਤੁਹਾਨੂੰ ਚੰਗੀ ਲੱਗਦੀ ਤਾਂ ਸੁਣ ਲਓ ਜਿਹੜੀ ਮੈਂ ਅਰਦਾਸ ਕਰ ਰਿਹਾ ਹਾਂ ਉਹ ਸੁਣ ਲਓ ਜੇ ਉਹ ਅਰਦਾਸ ਜੇ ਤੁਹਾਨੂੰ ਚੰਗੀ ਲੱਗਦੀ ਹੈ ਕਿ ਦੇਹੋ ਦਰਸ ਮਨ ਚਾਹੋ ਭਗਤੇ ਮਨ ਠਹਿਰਾਵੇ ਮੇਰੇ ਤੇ ਕਿਰਪਾ ਕਰੋ ਮੈਨੂੰ ਦਰਸ਼ਨ ਬਖਸ਼ਿਸ਼ ਕਰੋ ਦਰਸ਼ਨ ਜਿਵੇਂ ਆਪਾਂ ਕਰਦੇ ਹਾਂ ਕਿ ਇਹ ਵੀ ਕਰਦੇ ਹਾਂ ਨੈਣੀ ਦੇਖੋ ਗੁਰ ਦਰਸ਼ਨਾ ਗੁਰ ਚੜ੍ਹਨੀ ਮੱਥਾ ਅਕਾਲ ਮੂਰਤਰੇ ਦੇ ਧਿਆਏ ਦਾ ਨਰਾਇਣ ਪੰਥਾ ਪੈਰੀ ਮਾਰ ਕੇ ਚੱਲਦਾ ਮੱਥਾ ਬੇਰੀ ਕਰਦਾ ਇਹ ਸਾਰੀਆਂ ਗੱਲਾਂ ਕਰਨੀਆਂ ਹਰ ਗੁਰ ਸਿੱਖ ਨੇ ਕਰਨੀਆਂ ਫਿਰ ਪਾਸਾਂ ਵੀ ਤੇਰੀ ਸੰਗਤ ਵਿੱਚ ਬੈਠ ਕੇ ਤੇਰੇ ਉਪਦੇਸ਼ ਨੂੰ ਧਿਆਨ ਨਾਲ ਸੁਣਾਂ ਸੁਣ ਕੇ ਮੈਂ ਆਪਣੇ ਆਪ ਨੂੰ ਵੇਖਾਂ ਕਿ ਮੇਰੇ ਕਿਹੜੀਆਂ ਉਣਤਾਈਆਂ ਹਨ ਕਿਹੜੀ ਕਿਹੜੀ ਗੱਲ ਮੈਂ ਗੁਰੂ ਦੀ ਮੰਨ ਨਹੀਂ ਰਿਹਾ ਇਹ ਮੈਂ ਵੇਖਾਂ ਕਿਰਪਾ ਕਰੋ ਤੇਰੀ ਬੰਦਗੀ ਵਿੱਚ ਮੇਰਾ ਚਿੱਤ ਹੈ ਮੇਰਾ ਮਨ ਜਿਹੜਾ ਹੈ ਟਿਕ ਜਾਵੇ ਖੈਰਾ ਮੇਰਾ ਮਨ ਜਿਹੜਾ ਹੈ ਸਿਮਰਨ ਦੇ ਵਿੱਚ ਜੁੜ ਜਾਵੇ ਔਖੀ ਗੱਲ ਇਹ ਹੈ ਕਿ ਕਰਦੇ ਤਾਂ ਹਾਂ ਸਾਰੇ ਹੀ ਪਰ ਮਨ ਕਿਧਰਦਾ ਹੈ ਪਤਾ ਨਹੀਂ ਸਮਿਤ ਦੇ ਵਿੱਚ ਕਿੱਧਰ ਕਿਤੇ ਪਹੁੰਚ ਜਾਂਦਾ ਤੁਸੀਂ ਕਿਰਪਾ ਕਰੋ
बलियों चिराग अंधियार में सब कादरी नाम था तब गुरु नानक पाशा दी बेटे कसर है गुरु ठीक है ध्यान है कि कल में पाप कल जो बदे बीच हनेरा ही हनेरा सी सब पासे अज्ञानता दा हनेरा सी लोग कराए पाए थे सन प्रजा अंधी ज्ञान भी होनी प्रजा भी अज्ञानी होने करके गलत राय पे वे ना लुटिया जा रहा सी राजे का पाप कमान दे रुपी वार खेत को खाई राजे पाप कर रहे सी वार ने तो खेत दी राखी करनी ही लोग ना दी राखी करनी है लेकिन ओना ना लुट रहे सी ओना दा मंदा ना लुटा रहे सी आज ये है अंधकार दे विच गुरु नानक पाशा प्रगट हुए जे भाई गुलाब जी ने कहा सतगुरु नानक प्रगट गया मिट्टी तो अंदर जब जाना ये हनेरा दूर किया गुरु नानक पाशाह ने संसार दे जाके कादे नाल एक नाम दा नाम दा आसरा ले देखो गुरु नानक पाशाह जिथे भी गए हन उथे जाके यही सिख्या दित्ती है नाम जपो नाम जपो वाहिगुरु परमेश्वर नु मिलन दा इक्को इक तरीका है परमेश्वर दे नाम रख समझा जाता है नाम पढ़िया भी जप सकदा है पढ़िया भी जप सकदा है दोनों जप सकदे हैं और बड़े महात्मा जो शायद हुए हैं सिद्धार्थ देव जी जिड़े बिल्कुल ही अनपढ़ सन जिन्हां ने सुन सुन के बाणी कंठ की थी सिंध नेम दी वो नाम दे नाल जुड़े रहे वाहिगुरु वाहिगुरु करते हैं ही बहुत ऊंची अवस्था प्राप्त कर परफेक्ट सरल अर्थावन में जन नानक गुरु पार ब्रह्म गुरु नानक पातशाह जो परमेश्वर का स्वरूप हैं सारे भवना सारे संसार में ही प्रगट ਇਹ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਹੀ ਹੋਈ ਆਪਾਂ ਹੁਣ ਵੇਖ ਸਕਦੇ ਹਾਂ ਕਿ ਇਸ ਸੰਸਾਰ ਦਾ ਕੋਈ ਥਾਂ ਨਹੀਂ ਹੈ ਜਿੱਥੇ ਗੁਰੂ ਨਾਨਕ ਦੇ ਸਿੱਖ ਨਾ ਹੋਣ ਅਤੇ ਜਿੱਥੇ ਗੁਰੂ ਨਾਨਕ ਦੇ ਸਿੱਖਾਂ ਨੇ ਗੁਰਦੁਆਰਾ ਨਾ ਬਣਾਇਆ ਹੋਵੇ ਭਾਵੇਂ 10 ਘਰ ਵੀ ਹੋਣ 4 ਘਰ ਵੀ ਹੋਣ ਉੱਥੇ ਉਹਨਾਂ ਨੇ ਗੁਰਦੁਆਰਾ ਹੀ ਬਣਾ ਲਿਆ ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਇਹ ਪ੍ਰਗਟ ਹੋਣ ਦੀ ਨਿਸ਼ਾਨੀ ਹੈ ਸੋ ਜੇ ਕਿਤੇ ਗੁਰਸਿੱਖਾਂ ਨੂੰ ਚੰਦਰਮਾ 'ਤੇ ਜਾਣ ਦਾ ਮੌਕਾ ਮਿਲ ਗਿਆ ਦੇਖੋ ਇਹ ਉੱਥੇ ਵੀ ਜਾਏ ਗੁਰਦੁਆਰਾ ਬਣਾ ਕੇ ਉੱਥੇ ਵੀ ਗਿਆਨ ਸਾਹਿਬ ਕਰਦੇ ਨੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਜ਼ਰੂਰ ਕਰਦੇ ਭਾਵ ਗੁਰੂ ਨਾਨਕ ਪਾਤਸ਼ਾਹ ਦੀ ਸਭ ਪਾਸੇ ਜੈ ਜੈਕਾਰ ਹੋ ਰਹੀ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਹੈ ਵੇਖ ਲਓ ਤੁਸੀਂ ਆਉਣ ਵਾਲੇ ਸਮੇਂ 'ਤੇ ਅਸੀਂ ਸ਼ਾਇਦ ਨਾ ਦੇਖ ਸਕੀਏ ਹਰ ਕਿਸੇ ਹਰ ਇੱਕ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗਣਾ ਕਿਤੇ ਉਵੇਂ ਸ਼ਾਂਤੀ ਨਹੀਂ ਮਿਲਣੀ ਕਿਤੇ ਉਵੇਂ ਸੁੱਖ ਨਹੀਂ ਮਿਲਣਾ ਇਹ ਆਉਣ ਵਾਲਾ ਸਮਾਂ ਦੇ ਸਾਰੇ ਸਤਿਗੁਰੂ ਜੀ ਕਿਰਪਾ ਕਰਨ ਇਹ ਸ੍ਰੀ ਮੁਖ ਵਾਕ ਸੋਈਏ ਜੋ ਪਹਿਲੇ ਸਦੇ ਕੇ ਨੌ ਸਨ ਇਹਨਾਂ ਦੀ ਵਿਚਾਰ ਪਸਰਣ ਕੀਤੀ ਹੈ ਉਹਨਾਂ ਚੀਜ਼ਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ